ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਹਿੰਮਤ ਸੱਚ ਦਿਖਾਉਣ ਦੀ ਬੀਤੇ ਦਿਨ ਸਮਰਾਲਾ SBI ਬੈਂਕ ਦੇ ਬਾਹਰ ਇੱਕ ਪਲਸਰ ਮੋਟਰਸਾਈਕਲ ਅਣਪਛਾਤੇ ਚੋਰ ਵੱਲੋਂ ਚੋਰੀ ਕਰ ਲਿੱਤਾ ਗਿਆ ਸੀ, ਜਿਸ ਦੀ ਸ਼ਿਕਾਇਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਵੱਲੋਂ 4 ਘੰਟੇ ਦੇ ਵਿੱਚ ਮੋਟਰਸਾਈਕਲ ਚੋਰ ਨੂੰ ਕਾਬੂ ਕਰ ਲਿੱਤਾ ਗਿਆ ਹੈ। ਪੀੜਿਤ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੱਲ SBI ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਆਪਣੇ ਮੋਟਰਸਾਈਕਲ ਤੇ ਗਿਆ ਸੀ। ਜਦੋਂ ਬੈਂਕ ਦੇ ਬਾਹਰ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਜਗ੍ਹਾ ਤੋਂ ਗਾਇਬ ਸੀ। ਤਾਂ ਪੀੜਤ ਵੱਲੋਂ ਬੈਂਕ ਦੇ ਅੰਦਰ ਲੱਗੇ ਹੋਏ CCTV ਕੈਮਰੇ ਖੰਗਾਲੇ ਗਏ ਤਾਂ ਪਤਾ ਚੱਲਿਆ ਕਿ ਇੱਕ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਲੈ ਗਿਆ ਹੈ। ਤਾਂ ਇਸ ਦੀ ਸ਼ਿਕਾਇਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਸਮਰਾਲਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ 4 ਘੰਟੇ ਦੇ ਵਿੱਚ ਮੋਟਰਸਾਈਕਲ ਚੋਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੋਟਰਸਾਈਕਲ ਬਰਾਮਦ ਕਰ ਲਿੱਤਾ ਗਿਆ ਹੈ। ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਸਮਰਾਲਾ ਤੋਂ ਪੱਤਰਕਾਰ ਲਖਵਿੰਦਰ ਸਿੰਘ ਦੀ ਖਾਸ ਰਿਪੋਰਟ। ਹਾਂਜੀ, ਇਹ ਨਾ ਹਰਿੰਦਰ ਸਿੰਘ ਸੀਗਾ ਬੰਦਾ ਘੁੰਗਰਾਲੀ ਰਾਜਪੂਤਾਂ ਦਾ। ਇਹ ਕਿਤੇ ਬੈਂਕ ਦੇ ਵਿੱਚ ਕੰਮ ਆਇਆ ਸੀਗਾ ਪੈਸੇ ਕਢਵਾਉਣ ਵਾਸਤੇ। ਜਦੋਂ ਮੋਟਰਸਾਈਕਲ ਅੰਦਰ ਗਿਆ ਬੈਂਕ ਦੇ ਵਿੱਚ ਮੋਟਰਸਾਈਕਲ ਖੜਾ ਕੇ ਵਾਪਸ ਆਇਆ ਤਾਂ ਮੋਟਰਸਾਈਕਲ ਹੈ ਨਹੀਂ ਸੀ। ਅਤੇ ਫਿਰ ਇਹਨੇ ਸਾਨੂੰ ਆ ਕੇ ਇਤਲਾਹ ਕੀਤੀ CCTV ਫੁਟੇਜ ਜਦੋਂ ਅਸੀਂ ਚੈੱਕ ਕੀਤੀ। ਚੈੱਕ ਕਰਨ ਤੋਂ ਜਿਹੜਾ ਹੈਗਾ ਇੱਕ ਸਰਦਾਰ ਵਿਅਕਤੀ ਪਾਇਆ ਗਿਆ, ਉਹਦੀ ਖੋਜ ਛਾਣਬੀਨ ਕਰਨ ਤੋਂ ਬਾਅਦ ਉਹ ਬੰਦਾ ਸਾਨੂੰ ਟਰੇਸ ਹੋ ਗਿਆ। ਰਾਜਪ੍ਰੀਤ ਰਾਜਿਆਲ ਦਾ ਸੀਗਾ ਅਤੇ ਅੰਮ੍ਰਿਤਪਾਲ ਸੇਹ ਦਾ। ਅਤੇ ਅਸੀਂ ਇਹਨਾਂ ਨੂੰ ਮੋਟਰਸਾਈਕਲ ਸਮੇਤ ਜਿਹੜਾ ਹੈਗਾ ਰਾਜਪ੍ਰੀਤ ਨੂੰ ਕਾਬੂ ਕਰ ਲਿਆ। ਇਹਦੇ ਪਹਿਲਾਂ ਚੋਰੀ ਦੇ ਹੋਰ ਵੀ ਮਾਮਲੇ ਦਰਜ ਕੀਤੇ ਨਹੀਂ? ਫਿਲਹਾਲ ਇਹ ਜੀ ਕੋਈ ਗੱਲ ਨੋਟਸ ਵਿੱਚ ਨਹੀਂ ਹੈ ਜੀ। ਕਿੰਨੇ ਘੰਟੇ ਦੇ ਵਿੱਚ ਤੁਸੀਂ ਚੋਰੀ ਦਾ ਜਾਂ ਮਾਮਲਾ ਜਿਹੜਾ ਸੁਲਝਾਇਆ? ਇਹ 4 ਘੰਟੇ।